ਹਿਮਾਚਲ ਵਿਖੇ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਰਕੇ ਰਣਜੀਤ ਸਾਗਰ ਡੈਮ ਖਤਰੇ ਦੇ ਲੈਵਲ ਤੋਂ ਮਹਿਜ਼ ਕੁਝ ਮੀਟਰ ਦੂਰ ਹੀ ਰਹਿ ਗਿਆ ਹੈ। ਜਿੱਥੇ ਇੱਕ ਪਾਸੇ ਹਿਮਾਚਲ ਦੇ ਚਮੇਰਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਉੱਥੇ ਰਣਜੀਤ ਸਾਗਰ ਡੈਮ ਵਿਖੇ ਬੀਤੀ 2 ਰਾਤਾਂ ਤੋਂ ਲਗਾਤਾਰ ਪਾਣੀ ਦਾ ਲੈਵਲ ਵੱਧ ਰਿਹਾ ਹੈ। 527 ਮੀਟਰ ਦੀ ਸ਼ਮਤਾ ਰੱਖਣ ਵਾਲੀ ਝੀਲ ਵਿੱਚ ਇਸ ਵੇਲੇ ਪਾਣੀ 525 ਮੀਟਰ ਤੱਕ ਪਹੁੰਚ ਚੁੱਕਿਆ ਹੈ ਅਤੇ ਡੈਮ ਪ੍ਰਸ਼ਾਸਨ ਵੱਲੋਂ ਪਾਣੀ ਦੇ ਲੈਵਲ ਨੂੰ ਕਾਬੂ ਵਿੱਚ ਰੱਖਣ ਵਾਸਤੇ ਡੈਮ ਦੇ 4 ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਿਸ ਨਾਲ 600 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ ਅਤੇ ਦੂਜੇ ਪਾਸੇ ਇੱਕ ਫਲੱਡ ਗੇਟ ਖੋਲ੍ਹ ਕੇ 6000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਇਸ ਦੇ ਇਲਾਵਾ ਪ੍ਰਸ਼ਾਸਨ ਵੱਲੋਂ ਰਾਵੀ ਕੰਢੇ ਰਹਿ ਰਹੇ ਲੋਕਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਉਹ ਲੋਕ ਰਾਵੀ ਦਰਿਆ ਵਿੱਚ ਨਾ ਜਾਣ। ਇਸ ਬਾਰੇ ਜਦ ਡੈਮ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਪਹਾੜਾਂ ਵਿੱਚ ਹੋ ਰਹੀ ਤੇਜ਼ ਬਰਸਾਤ ਦੇ ਕਰਕੇ ਚਮੇਰਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਝੀਲ ਵਿਖੇ 527 ਮੀਟਰ ਪਾਣੀ ਸਟੋਰ ਕੀਤਾ ਜਾ ਸਕਦਾ ਹੈ, ਪਰ ਇਸ ਮੌਕੇ ਪਾਣੀ ਦਾ ਲੈਵਲ 525 ਮੀਟਰ ਤੱਕ ਪਹੁੰਚ ਚੁੱਕਿਆ ਹੈ, ਜਿਸ ਵਜ੍ਹਾ ਕਰਕੇ ਪਾਣੀ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਣ ਲਈ ਸਲਿਪ ਵੇ ਦਾ ਇੱਕ ਗੇਟ ਖੋਲ੍ਹ ਕੇ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਇਸੇ ਕਰਕੇ ਲੋਕਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਰਾਵੀ ਦਰਿਆ ਵਿੱਚ ਨਾ ਜਾਵੇ। ਉਹਨਾਂ ਨੇ ਦੱਸਿਆ ਕਿ ਇਸ ਮੌਕੇ ਡੈਮ ਪ੍ਰਸ਼ਾਸਨ ਵੱਲੋਂ 4 ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਾਡਾ ਅੱਜ ਰਿਜ਼ਰਵਾਇਰ ਦਾ ਲੈਵਲ ਹੈ 525.60 ਇੱਕ ਵਜੇ ਦੇ ਕਰੀਬ। ਹੁਣ ਬਾਰਿਸ਼ ਬੰਦ ਹੋਣ ਕਰਕੇ ਇਨਫਲੋ ਥੋੜ੍ਹਾ ਘੱਟ ਗਿਆ। ਹੁਣ ਪਿਛਲੇ ਕੱਲ੍ਹ ਦੀ ਪੋਜੀਸ਼ਨ ਕਾਫੀ ਕ੍ਰਿਟੀਕਲ ਸੀਗੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਲੱਗੀ ਸੀਗੀ, ਪਰ ਇਸ ਤਰ੍ਹਾਂ ਚਿੰਤਾ ਦੀ ਕੋਈ ਇਸ਼ੂ ਨਹੀਂ ਸੀਗਾ। ਸਿਚੁਏਸ਼ਨ ਸਾਰੀ ਮੋਨੀਟਰ ਕੀਤੀ ਜਾ ਰਹੀ ਸੀ ਰੈਗੂਲਰਲੀ ਟਾਈਮ ਟੂ ਟਾਈਮ, ਅਤੇ ਹੁਣ ਲੈਵਲ ਜਿਹੜਾ ਪਾਣੀ ਘਟਣ ਕਰਕੇ ਹੁਣ ਟ੍ਰੈਂਡ ਜਿਹੜਾ ਬਦਲ ਗਿਆ। ਬਾਕੀ ਸਾਡੀ ਜਿਹੜੀ ਸਾਰੀ ਟੀਮ ਹੈ ਉਹ ਰੈਗੂਲਰਲੀ ਮੋਨੀਟਰਿੰਗ ਅਤੇ ਨਿਗਰਾਨੀ ਕਰ ਰਹੇ ਹਨ, ਦੇਖ ਰਹੇ ਹਾਂ ਕਿ ਕੋਈ ਕਿਸ ਕਿਸਮ ਦੀ ਉਹ ਨਾ ਪਾਣੀ ਨੂੰ ਕੰਟਰੋਲ ਕਰਨਾ। ਅਸੀਂ ਪਾਵਰ ਹਾਊਸ ਸਾਡਾ 4 ਯੂਨਿਟ ਚੱਲ ਰਹੇ, ਰੈਗੂਲਰ 600 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ, ਔਰ ਇੱਕ ਗੇਟ ਅਸੀਂ ਖੋਲ੍ਹੇ ਦਾ ਜਿਸ 'ਚੋਂ ਬੜਾ ਥੋੜ੍ਹਾ ਜਿਹਾ ਡਿਸਚਾਰਜ ਅਸੀਂ ਜਿਹੜਾ ਆਊਟਫਲੋ ਕਰ ਰਹੇ ਹਾਂ। ਹੁਣ ਲੈਵਲ ਜਿਹੜਾ ਮੇਨਟੇਨਡ ਹੈ, ਔਰ ਆਉਣ ਵਾਲੇ ਸਮੇਂ ਜਿਹੜੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਕਰਕੇ ਕੋਈ ਸਥਿਤੀ ਕੋਈ ਇਸ ਤਰ੍ਹਾਂ ਦੀ ਕੋਈ ਨਾਜ਼ੁਕ ਨਹੀਂ ਹੈ। ਫਿਰ ਵੀ ਅਸੀਂ ਸਾਰੀ ਟੀਮ ਸਾਡੀ ਜਿਹੜੀ ਹੈ ਪੂਰੀ ਉਹਦੇ 'ਤੇ ਮੋਨੀਟਰਿੰਗ ਕਰ ਰਹੀ ਹੈ, ਨਿਗਰਾਨੀ ਰੱਖ ਰਹੀ ਹੈ।